ਹਾਂਜੀ ਗੁਰਮੀਤ ਕੌਰ ਜੀ ਕਦੋਂ ਹੋਇਆ ਸੀ ਤੁਹਾਡਾ ਮਿੰਨੀ ਗੈਸਟ੍ਰਿਕ ਬਾਈਪਾਸ ਆਪਰੇਸ਼ਨ 2012 ਜੀ ਹੋਇਆ 2012 ਜੀ 2 ਸਾਲ ਹੋ ਗਿਆ ਕਿੰਨਾ weight ਸੀਗਾ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ 107 ਕਿਲੋ ਠੀਕ ਹੈ ਤੇ ਹੁਣ ਕਿੰਨਾ ਹੈ 69 69 ਮਤਲਬ 47 ਕਿਲੋ 47 ਕੇਜੀ ਤੁਹਾਡਾ weight ਰਿਡਿਊਸ ਹੋ ਗਿਆ 2 ਸਾਲ ਬਾਅਦ ਅੱਛਾ ਕੀ ਪ੍ਰੋਬਲਮਸ ਆ ਰਹੀਆਂ ਸੀ ਪਹਿਲਾਂ ਆਪਰੇਸ਼ਨ ਸਾਹ ਬਹੁਤ ਜ਼ਿਆਦਾ ਚੜਦਾ ਸੀ ਤੁਰਿਆ ਨਹੀਂ ਜਾਂਦਾ ਤੇ ਪੇਟ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਅੱਛਾ ਸ਼ੂਗਰ ਵਗੈਰਾ ਤਾਂ ਨਹੀਂ ਸੀ ਸ਼ੂਗਰ ਨਾ ਸ਼ੂਗਰ ਵਗੈਰਾ ਬਿਲਕੁਲ ਠੀਕ ਸੀ ਅੱਛਾ ਠੀਕ ਹੈ ਤੇ ਉਹ ਰਾਤ ਨੂੰ ਘਰਾੜੇ ਵਗੈਰਾ ਤਾਂ ਨਹੀਂ ਵੱਜਦੇ ਸੀ ਬਹੁਤ ਜ਼ਿਆਦਾ ਵੱਜਦੇ ਸੀ ਬਹੁਤ ਜ਼ਿਆਦਾ ਵੱਜਦੇ ਸੀ ਮਤਲਬ ਸਾਹ ਸੂ ਰੁਕਦਾ ਸੀਗਾ ਵਿੱਚ ਬਹੁਤ ਜ਼ਿਆਦਾ ਰੁਕਦਾ ਸੀ ਸਲੀਪ ਐਪਨੀਆ ਤੁਰਿਆ ਨਹੀਂ ਜਾਂਦਾ ਸੀ ਬਿਲਕੁਲ ਨਹੀਂ ਤੁਰਿਆ ਜਾਂਦਾ ਅੱਛਾ ਠੀਕ ਹੈ ਤੇ ਸਲੀਪ ਐਪਨੀਆ ਸੀ ਮਤਲਬ ਜਦੋਂ ਘਰਾੜੇ ਵੱਜਦੇ ਸੀ ਤੁਹਾਨੂੰ ਦਿਨ ਵਿੱਚ ਨੀਂਦ ਆਉਂਦੀ ਸੀ ਬੈਠੇ ਬੈਠੇ ਆਉਂਦੀ ਹਾਂਜੀ ਠੀਕ ਤੇ ਹੁਣ ਉਸ ਤੋਂ ਬਾਅਦ ਕਿੱਦਾਂ ਮਹਿਸੂਸ ਕਰ ਰਹੇ ਹੋ ਆਪਰੇਸ਼ਨ ਤੋਂ ਬਾਅਦ ਮੇਰਾ ਸਰੀਰ ਹਲਕਾ ਹੋ ਗਿਆ ਮੈਂ ਬਹੁਤ ਵਧੀਆ ਤੁਰ ਰਹੀ ਹਾਂ ਤਾਂ ਤੁਰਿਆ ਨਹੀਂ ਜਾਂਦਾ ਸੀ ਅੱਛਾ ਸਾਹ ਚੜਨਾ ਬੰਦ ਹੋ ਗਿਆ ਸਾਹ ਚੜਨਾ ਬਿਲਕੁਲ ਠੀਕ ਹੋ ਗਿਆ ਤੇ ਘਰਾੜੇ ਵੱਜਦੇ ਹੁਣ ਘਰਾੜੇ ਵੱਜਦੇ ਨਹੀਂ ਘਰਾੜੇ ਨਹੀਂ ਵੱਜਦੇ ਅੱਛਾ ਠੀਕ ਹੈ ਮਤਲਬ ਇੰਨਾ ਫਰਕ ਮਹਿਸੂਸ ਕਰ ਰਹੇ ਹੋ ਪਹਿਲਾਂ ਵਾਲੀ ਲਾਈਫ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੀਕ ਹੈ ਤੇ ਡਾਈਟ ਕਿੱਦਾਂ ਚੱਲ ਰਹੀ ਹੈ ਡਾਈਟ ਵਧੀਆ ਲੈ ਰਹੇ ਹੋ ਡਾਈਟ ਵਧੀਆ ਚੱਲਦੀ ਹੈ ਇੱਕ ਰੋਟੀ ਖਾ ਲੈਨੇ ਆ ਅੱਛਾ ਇੱਕ ਟਾਈਮ ਦੇ ਵਿੱਚ ਇੱਕ ਰੋਟੀ ਲੈ ਲੈਂਦੇ ਹੋ ਦਹੀਂ ਲੈ ਲੈਂਦੇ ਸਬਜ਼ੀ ਲੈ ਲੈਂਦੇ ਠੀਕ ਹੈ ਦੁੱਧ ਲੈ ਲੈਂਦੇ ਡਾਈਟ ਤੁਸੀਂ ਇਦਾਂ ਹੀ ਆਪਣੀ ਹੈਲਦੀ ਰੱਖਣੀ ਆ ਦੁੱਧ ਦਹੀਂ ਲੱਸੀ ਕੱਚਾ ਪਨੀਰ ਹੋ ਗਿਆ ਇਹ ਚੀਜ਼ਾਂ ਤੁਸੀਂ ਜ਼ਿਆਦਾ ਲੈਣੀਆਂ ਨੇ ਠੀਕ ਹੈ ਫਰੂਟਸ ਐਂਡ ਵੈਜੀਟੇਬਲਸ ਜਿਹੜੀਆਂ ਨੇ ਫਲ ਫਰੂਟ ਤੇ ਸਬਜ਼ੀਆਂ ਹਰੀਆਂ ਸਬਜ਼ੀਆਂ ਹੋ ਗਈਆਂ ਇਹ ਜ਼ਿਆਦਾ ਲਓ ਠੀਕ ਹੈ ਅੰਡਾ ਮੀਟ ਲੈ ਲੈਣੋ ਨਾ ਠੀਕ ਹੈ ਤਾਂ ਦੁੱਧ ਵਾਲੀਆਂ ਚੀਜ਼ਾਂ ਦੇ ਉੱਤੇ ਤੁਸੀਂ ਜ਼ਿਆਦਾ ਜ਼ੋਰ ਦੇਣਾ ਦੁੱਧ ਵਾਲੀ ਜ਼ਿਆਦਾ ਲੈਣੀ ਠੀਕ ਹੈ ਤੁਸੀਂ ਗੋਲੀਆਂ ਖਾ ਰਹੇ ਹੋ ਜਿਹੜੀ ਦਿੱਤੀ ਹੋਈਆਂ ਨੇ ਸਪਲੀਮੈਂਟਸ ਮਲਟੀਵਿਟਾਮਿਨ ਦੀਆਂ ਖਾ ਰਹੇ ਹੋ ਖਾ ਰਹੇ ਹਾਂਜੀ ਉਹ ਵੀ ਤੁਸੀਂ ਰੈਗੂਲਰ ਰੱਖਣੇ ਤਾਂ ਕੋਈ ਵੀਕਨੈਸ ਨਾ ਆਜੇ ਕਿਉਂਕਿ ਆਪਣਾ ਭਾਰ ਜਿਹੜਾ ਤੁਹਾਡਾ ਉਹ ਕਾਫੀ ਰਿਡਿਊਸ ਹੋ ਗਿਆ ਤੇ ਆਪਾਂ ਵੀਕਨੈਸ ਨਹੀਂ ਆਉਣ ਦੇਣੀ ਸਰੀਰ ਦੇ ਵਿੱਚ ਠੀਕ ਹੈ ਕਮਜ਼ੋਰੀ ਨਹੀਂ ਆਉਣ ਦੇਣੀ ਅੱਛਾ ਠੀਕ ਉਸ ਤੋਂ ਬਾਅਦ ਤੁਸੀਂ ਸਾਲ ਦੇ ਵਿੱਚ ਇੱਕ ਵਾਰ ਆਪਣੇ ਟੈਸਟ ਜ਼ਰੂਰ ਕਰਵਾਉਣੇ ਆ ਬਲੱਡ ਦੇ ਤਾਂ ਕਿ ਅਗਰ ਕੋਈ ਕਮਜ਼ੋਰੀ ਆਈ ਆ ਜਾਂ ਕੋਈ ਕਮੀ ਪੇਸ਼ੀ ਆ ਰਹੀ ਆ ਉਹਦਾ ਆਪਾਂ ਨੂੰ ਪਤਾ ਲੱਗ ਜਾਵੇ ਅੱਛਾ ਥੈਂਕ ਯੂ ਸਰ